ਉਹਨਾਂ ਨੂੰ ਇਹ ਪੁੱਛੋ ਵੀ ਪਿੰਡਾਂ ਵਾਲੇ 1 ਵਜੇ ਰੋਟੀ ਕਿਹੜੇ ਖਾਂਦੇ ਆ ਪਿੰਡਾਂ ਵਾਲੇ ਤਾਂ 7 ਵਜੇ ਰੋਟੀ ਖਾ ਕੇ ਸੌ ਜਾਂਦੇ ਨੇ ਉਹਨਾਂ ਨੂੰ ਅਕਲ ਨਹੀਂ ਹੈ ਹਲੇ ਤੱਕ ਇਹ ਕਿ ਅਸੀਂ ਆਮ ਆਦੀ ਬੰਨਾ ਚਾਹਨੇ ਆ ਆਮ ਆਦਮੀ ਹੁੰਦਾ ਕੀ ਹੈ ਇਹਨਾਂ ਨੂੰ ਇਹ ਪੁੱਛੋ ਵੀ ਸੀਆਈਡੀ ਥੋਡੀ ਪੁਲਿਸ ਥੋਡੀ ਤੁਹਾਨੂੰ ਇਹ ਪਤਾ ਵੀ 10 ਸਾਲ ਹੋ ਗਏ ਜੇ ਹਰਦੀਾਲ ਕੰਬੋਜ ਦੇ ਅਗੇਂਸਟ ਆਵਾਜ਼ ਚੱਕੀਆਂ ਤਾਂ ਨੀਨਾ ਮਿੱਤਲ ਨੇ ਚੱਕੀ ਹੈ ਕੇਜਰੀਵਾਲ ਜੀ ਤੇ ਵੀ ਰੇਡ ਪਈਆਂ ਸੀ ਉਹਨੇ ਮਿਲਿਆ ਕਿ ਮੌਫਲਰ ਤੇ ਚੰਨੀ ਸਾਹਿਬ ਜਿਹੜੇ ਆਮ ਆਦਮੀ ਉਹਨਾਂ ਦੇ ਕੀ ਮਿਲ ਰਿਹਾ ਉਹਨਾਂ ਦੇ ਰਿਸ਼ਤੇਦਾਰਾਂ ਦੇ ਕਰੋੜਾ ਰੁਪਈਆ ਜਗਬਣੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ 인ਦਰਜੀਤ ਸਿੰਘ ਬਖਸ਼ਲੋਂ ਪਿਆ ਆਪ੍ਰਿਤ ਸਸ਼ੀਕਲ ਦੋਸਤੋ ਅੱਜ ਹਲਕਾ ਰਾਜਪੁਰਾ ਦੇ ਵਿੱਚ ਆ ਤੇ ਅੱਜ ਤੁਹਾਨੂੰ ਇੱਕ ਉਸ ਉਮੀਦਵਾਰ ਦੇ ਨਾਲ ਮਿਲਾਵਾਂਗੇ ਜਿਹੜੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਇੱਕ ਲੋਤੀ ਮਹਿਲਾ ਉਮੀਦਵਾਰ ਜਿਹੜੀ ਹੈਗੀ ਆ ਉਹ ਰਾਜਪੁਰੇ ਤੋਂ ਚੋਣ ਲੜ ਰਹੀ ਹੈ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਚੋਣ ਪ੍ਰਚਾਰ ਹੈ ਤੇ ਉਹਨਾਂ ਦੇ ਘਰ ਦੇ ਜਿਹੜੇ ਘਰ ਦਾ ਮਾਹੌਲ ਕਿਸ ਤਰ੍ਹਾਂ ਦਾ ਕਿਉਂਕਿ ਮਹਿਲਾਵਾਂ ਨੂੰ ਕਿਹਾ ਜਾਂਦਾ ਹੈ ਕਿ ਇਹ ਮਹਿਲਾਵਾਂ ਜਿਹੜੀਆਂ ਨੇ ਉਹ ਜ਼ਿਆਦਾਤਰ ਘਰਾਂ ਦੇ ਵਿੱਚ ਰਹਿ ਕੇ ਆਪਣੇ ਪਰਿਵਾਰ ਨੂੰ ਵੇਖਦੀਆਂ ਨੇ ਪਰ ਕਿਸ ਤਰ੍ਹਾਂ ਨੀਨਾ ਮਿੱਤਲ ਜਿਹੜੇ ਨੇ ਉਹ ਪਰਿਵਾਰ ਦੇ ਨਾਲ-ਨਾਲ ਜਿਹੜਾ ਉਹ ਰਾਜਨੀਤੀ ਦੇ ਵਿੱਚ ਆਏ ਤੇ ਅੱਜ ਉਮੀਦਵਾਰ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਹਲਕਾ ਰਾਜਪੂਰਾ ਤੋਂ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਨਮਲਾ ਨੀਨਾ ਮਿੱਤਲ ਜੀ ਜਗਵਾਨੀ ਤੋਂ ਬਹੁਤ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਔਰ ਜਗਵਾਨੀ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਰਾਮ ਰਾਮ ਕੀ ਲੱਗਦਾ ਕਿਉਂਕਿ ਕਹਿੰਦੇ ਬਿਲਕੁਲ ਹੀ ਡਿਫਰੈਂਟ ਹੈ ਰਾਜਨੀਤੀ ਤੇ ਘਰ ਦਾ ਕਰਦੇ ਵਿੱਚ ਜਦੋਂ ਆਪਾਂ ਕੰਮ ਕਰਦੇ ਆ ਆਪਣੀ ਪਰਿਵਾਰ ਨੂੰ ਵੇਖਦੇ ਹੈਗੇ ਆ ਹੁਣ ਪਰਿਵਾਰ ਜਿਹੜਾ ਹੈਗਾ ਉਹ ਬਹੁਤ ਵੱਡਾ ਹੋ ਗਿਆ ਲਗਭਗ 1.5 ਲੱਖ ਲੋਕ ਜਿਹੜੇ ਨੇ ਉਹ ਹੁਣ ਪਰਿਵਾਰ ਦਾ ਹਿੱਸਾ ਬਣਨ ਜਾ ਰਹੇ ਨੇ ਜੀ ਜੀ ਦੇਖੋ ਮੇਰਾ ਇਹ ਪਰਿਵਾਰ ਹੈ ਜੋ ਉਹ ਮੇਰਾ ਹੀ ਪਰ ਹਿੱਸਾ ਹੈ ਤਾਂ ਕਦੇ ਵੀ ਇਹ ਨਹੀਂ ਸੋਚਿਆ ਜਾਂਦਾ ਕਿ ਘਰ ਕਿਵੇਂ ਚਲਾਵਾਂਗੇ ਜਿੱਤੇ ਰਾਜਨੀਤੀ ਕਿਵੇਂ ਕਰਾਂਗੇ ਜਦੋਂ ਪਰਿਵਾਰ ਦਾ ਪਿਆਰ ਹੁੰਦਾ ਹੈ ਨਾ ਉਦੋਂ ਆਪਣੇ ਆਪ ਹਿੰਮਤ ਆਉਂਦੀ ਹੈ ਅੱਜ ਮੈਨੂੰ ਪਤਾ ਵੀ ਮੇਰੇ ਪਰਿਵਾਰ 'ਚ ਜੇ ਕੋਈ ਤਕਲੀਫ ਹੈ ਔਰ ਮੇਰੇ ਦਿਲ ਨੂੰ ਪਤਾ ਹੈ ਤਾਂ ਉਹਦਾ ਤਕਲੀਫ ਦਾ ਹੱਲ ਕੱਢਣਾ ਮੇਰੀ ਜ਼ਿੰਮੇਵਾਰੀ ਹੈ ਇਸ ਲਈ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਵੀ ਮੈਂ ਜਿਸ ਵੀ ਗਲੀ ਚ ਜਿਸ ਵੀ ਮੋਹੱਲੇ ਚ ਜਾਨੀ ਆ ਤਾਂ ਲੋਕ ਮੇਰੇ ਨਾਲ ਚੱਲਦੇ ਨੇ ਲੋਕ ਕਹਿੰਦੇ ਨੇ ਕਿ ਜੀ ਤੁਸੀਂ ਅੱਗੇ ਆਓ ਅਸੀਂ ਸਾਰੇ ਤੁਹਾਡੇ ਨਾਲ ਆ ਇੱਕ ਤੀ ਵਾਰ ਰਾਜਪੁਰੇ ਵਿੱਚ ਪਹਿਲੀ ਵਾਰ ਇੱਕ ਔਰਤ ਨੂੰ ਟਿਕਟ ਮਿਲੀ ਹੈ ਤਾਂ ਸਾਡੀ ਇਸ ਭੈਣ ਤੇ ਸਾਨੂੰ ਵਿਸ਼ਵਾਸ ਹੈ ਜੋ ਕਿ ਸਾਡੇ ਰਾਜਪੁਰਾ ਸ਼ਹਿਰ ਨੂੰ ਬਚਾਊਗੀ ਇਹ ਹੀ ਮੇਰੀ ਹਿੰਮਤ ਹੈ ਮੈਡਮ ਤੁਹਾਡੇ ਸਾਹਮਣੇ ਜੇ ਆਪਾਂ ਗੱਲ ਕਰੀਏ ਤਾਂ ਆ ਕਾਂਗਰਸ ਦੇ ਦਿੱਗਜ ਜੇ ਪਿਛੇ ਹੁ ਮੌਜੂਦਾ ਵਿਧਾਇਕ ਵੀ ਨੇ ਤੇ ਉਹ ਇੱਕ ਪਾਸੇ ਤਾਂ ਕੰਬੋਸ ਸਾਹਿਬ ਨੇ ਦੂਜੇ ਪਾਸੇ ਜੱਗਾ ਦਾ ਨਾਮ ਵੱਜ ਰਿਹਾ ਕਿ ਬੀਜੇਪੀ ਦੇ ਚ ਕੱਲ੍ਹ ਸ਼ਾਮਲ ਹੋਏ ਨੇ ਤੇ ਲੱਗਦਾ ਕਿ ਟਿਕਟ ਉਹਨਾਂ ਨੂੰ ਵੀ ਮਿਲ ਜੂਗੀ ਤੇ ਕਿਵੇਂ ਲੱਗ ਰਿਹਾ ਕਿ ਆਪਣੇ ਵਿਰੋਧੀਆਂ ਨੂੰ ਜਿਹੜਾ ਹੈਗਾ ਨੀਨਾ ਮਿੱਤਲ ਕਿਵੇਂ ਵੇਖਦੇ ਹੋ ਪਹਿਲਾਂ ਤਾਂ ਦੇਖੋ ਮੈਂ ਕੋਈ ਰਾਜਨੀਤਿਕ ਨਹੀਂ ਆ ਮੈਨੂੰ ਨਹੀਂ ਪਤਾ ਕਿ ਡਰਟੀ ਪੋਲਿਟਿਕਸ ਕਿਵੇਂ ਹੁੰਦੀ ਹੈ ਕਿਵੇਂ ਜੂਏ ਸੱਟੇ ਦੇ ਅੱਡੇ ਚ ਲਾਏ ਜਾਂਦੇ ਆ ਮੈਨੂੰ ਨਹੀਂ ਪਤਾ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਕਿਵੇਂ ਚਲਾਈਆਂ ਜਾਂਦੀਆਂ ਮੈਨੂੰ ਨਹੀਂ ਪਤਾ ਕਬਜੇ ਕਿਵੇਂ ਕਰੇ ਜਾਂਦੇ ਆ ਹਾਂ ਮੈਨੂੰ ਇਹ ਪਤਾ ਹੈ ਜਦੋਂ ਇੱਕ ਆਮ ਘਰ ਦੇ ਚੁੱਲੇ ਤੇ ਰੋਟੀ ਬਨਣੀ ਔਖੀ ਹੈ ਉਹ ਦਰਦ ਮੈਨੂੰ ਪਤਾ ਹੈ ਜਦੋਂ ਇੱਕ ਮਾਂ ਕੋਲੇ ਬਾਪ ਕੋਲੇ ਬੱਚੇ ਦੀ ਫੀਸ ਭਰਨ ਨਹੀਂ ਜੇ ਹੁੰਦੀ ਤਾਂ ਉਹਦਾ ਦਰਦ ਉਹ ਮੈਨੂੰ ਪਤਾ ਹੈ ਜਦੋਂ ਇੱਕ ਪਰਿਵਾਰ ਦੇ ਮੈਂਬਰ ਬਿਮਾਰ ਹੈ ਤੇ ਸੱਥੋ ਇਲਾਜ ਕਰਾਉਣ ਦੇ ਸਾਡੇ ਕੋਲੇ ਪੈਸੇ ਨਹੀਂ ਉਹ ਦਰਦ ਮੈਨੂੰ ਪਤਾ ਹੈ ਮੈਂ ਉਹ ਆਮ ਘਰਾਂ ਦੇ ਦਰਦ ਜਾਣਦੀ ਆ ਤਾਂ ਉਹ ਆਮ ਲੋਕਾਂ ਦੀ ਲੜਾਈ ਲੈ ਕੇ ਆਮ ਲੋਕਾਂ ਦਾ ਸਾਥ ਲੈ ਕੇ ਅਸੀਂ ਉਹ ਲੜਾਈ ਲੜਨੀ ਹੈ ਰਾਜਪੁਰੇ ਦੀ ਗੱਲ ਕਰੀਏ ਤਾਂ ਬਾਵਲਪੁਰ ਵੋਟ ਜਿਹੜੀ ਹੈਗੀ ਹੈ ਉਹਰੇ ਕਾਫੀ ਵੱਡੀ ਤਾਦਾਦ ਦੇ ਵਿੱਚ ਵੇਖੀ ਜਾਂਦੀ ਕਿਉਂਕਿ ਸ਼ਹਿਰ ਹੋਣ ਦੇ ਨਾਤੇ ਜਿਹੜਾ ਹੈਗਾ ਲੋਕ ਜਿਹੜੇ ਨੇ ਬਾਵਲਪੁਰ ਸਮਾਜ ਨਾਲ ਕਾਫੀ ਸੰਬੰਧਿਤ ਨੇ ਕੀ ਲੱਗਦਾ ਹੈ ਕਿ ਬਾਵਲਪੁਰ ਸਮਾਜ ਜਿਹੜਾ ਹੈਗਾ ਆਮ ਆਦਮੀ ਪਾਰਟੀ ਦੇ ਨਾਲ ਖੜਾ ਹੈ ਬਿਲਕੁਲ ਜੀ ਬਿਲਕੁਲ ਨਾਲ ਖੜਾ ਹੈ ਅਸੀਂ ਬਾਜ਼ਾਰ 'ਚ ਜਾਂਦੇ ਆ ਗਲੀਆਂ 'ਚ ਜਾਂਦੇ ਆ ਮੁਹੱਲਿਆਂ 'ਚ ਜਾਂਦੇ ਆ ਸਮਾਜ ਕਹਿੰਦਾ ਜੀ ਇਹ ਸਾਨੂੰ ਚੇਂਜ ਚਾਹੀਦੀ ਹੈ ਕੋਈ ਕਿਸੇ ਇੱਕ ਸਮਾਜ ਕਦੇ ਵੀ ਇੱਕ ਪਾਸੇ ਨਹੀਂ ਚੱਲਦਾ ਹੁੰਦਾ ਇਸ ਵਾਰ ਲੋਕਾਂ ਦਾ ਇੱਕੋ ਹੀ ਨਾਰਾ ਹੈ ਕਿ ਅਸੀਂ ਪੰਜਾਬ ਨੂੰ ਬਚਾਣਾ ਹੈ ਸਾਡੇ ਰਾਜਪੂਰੇ ਨੂੰ ਬਚਾਣਾ ਹੈ ਸਾਨੂੰ ਚੇਂਜ ਚਾਹੀਦੀ ਹੈ ਅਰਵਿੰਦ ਕੇਜਰੀਵਾਲ ਜੀ ਦੇ ਜੋ ਕੰਮ ਉਹਨਾਂ ਨੇ ਦੇਖੇ ਹੈ ਲੋਕਾਂ ਨੇ ਉਹ ਕੰਮਾਂ ਨੂੰ ਦੇਖਦੇ ਹੋਏ ਇਸ ਵਾਰ 101% ਬਦਲਾਅ ਆਊਗਾ ਕੱਲਾ ਬਹਾਵਲਪੁਰੀ ਸਮਾਜ ਕੀ ਅਗਰਵਾਲ ਸਮਾਜ ਸਿੱਖ ਸਮਾਜ ਹਰ ਸਮਾਜ ਆਮ ਆਦੀ ਪਾਰਟੀ ਦੇ ਨਾਲ ਹੈ ਕੀ ਲੱਗਦਾ ਕਿਉਂਕਿ ਕੰਬੋਜ ਸਾਹਿਬ ਕਹਿੰਦੇ ਕਿ ਮੈਨੇ 1000 ਕਰੋੜ ਰੁਪਏ ਦੇ ਜਿਹੜੇ ਆ ਉਹ ਰਾਜਪੁਰੇ ਚ ਕੰਮ ਕਰਾਏ ਹੈਗੇ ਆ ਮੇਰੇ ਸਾਹਮਣੇ ਪਹਿਲਾਂ ਤਾਂ ਕੋਈ ਲੀਡਰ ਹੀ ਨਹੀਂ ਹੈਗਾ ਤੇ ਦੂਜਾ ਤੁਹਾਡੇ ਪਰ ਤੋਂ ਇੱਕ ਬੜੀ ਖਾਸ ਗੱਲ ਕਹਿੰਦੇ ਨੇ ਕਿ ਮੈਡਮ ਤਾਂ ਦਿੱਲੀ ਰਹਿੰਦੇ ਨੇ ਉਰੇ ਤਾਂ ਬਸ ਪਿਕਨਿਕ ਮਨਾਲ ਆ ਜਾਂਦੇ ਨੇ ਹੁਣ ਇਲੈਕਸ਼ਨ ਲੜ ਕੇ ਫਿਰ ਵਾਪਸ ਚਲੇ ਜਾਣਗੇ ਮੈਂ ਪਹਿਲਾਂ ਕੰਬੋਜ ਸਾਹਿਬ ਦੀ ਆਪਾਂ ਗੱਲ ਕਰ ਲਈਏ ਇਹਨਾਂ ਨੂੰ ਇਹ ਪੁੱਛੋ ਵੀ ਸੀਆਈਡੀ ਤੁਹਾਡੀ ਪੁਲਿਸ ਤੁਹਾਡੀ ਤੁਹਾਨੂੰ ਇਹ ਪਤਾ ਵੀ 10 ਸਾਲ ਹੋ ਗਏ ਜੇ ਹਰਦੀয়াল ਕੰਬੋਜ ਦੇ ਅਗੇਂਸਟ ਆਵਾਜ਼ ਚੱਕਿਆ ਤਾਂ ਨੀਨਾ ਮਿੱਤਲ ਨੇ ਚੱਕੀ ਹੈ ਨੀਨਾ ਮਿੱਤਰ ਕੰਮ ਕਰਦੀ ਐ ਹਰਦੀਾਲ ਕੰਬੋਜ ਮੰਗੂ ਨਹੀਂ ਐ ਕਿ ਸਵੇਰੇ ਪਟਿਆਲੇ ਤੋਂ ਇੱਥੇ ਆ ਜਾਂਦੇ ਐ ਲੋਕਾਂ ਨੂੰ ਦੁਖੀ ਕੀਤਾ ਨੋਟ ਇਕੱਠੇ ਕੀਤੇ ਤੇ ਜਾ ਕੇ ਪਟਿਆਲੇ ਸੋ ਜਾਂਦੇ ਐ ਨੀਨਾ ਮਿੱਤਰ ਲੋਕਾਂ ਦੀ ਆਵਾਜ਼ ਐ ਤੇ ਲੋਕਾਂ ਵਿੱਚ ਰਹਿੰਦੀ ਐ ਪੰਜਾਬ ਦੀ ਜੰਮੀ ਐ ਪੰਜਾਬ ਦੀ ਪਲੀ ਐ ਪੰਜਾਬ ਦੀ ਪੜੀ ਐ ਪੰਜਾਬ ਦੀ ਧੀ ਐ ਪੰਜਾਬ ਦੇ ਦਰਦ ਜਾਣਦੀ ਐ ਕੀ ਦਰਦ ਐ ਹਰਦੀਾਲ ਕੰਬੋਜ ਨੂੰ ਕੀ ਐ ਉਹਨੇ ਤਾਂ ਰਾਜਪੁਰਾ ਨੂੰ ਇੱਕ ਫੈਕਟਰੀ ਬਣਾ ਰੱਖਿਆ ਐ ਕਿ ਰਾਜਪੁਰਾ ਦੇ ਲੋਕਾਂ ਨੂੰ ਡਰਾਓ ਉਹ ਰਾਜਪੁਰਾ ਦੇ ਲੋਕਾਂ ਨੂੰ ਕੁੱਟਦੇ ਵੀ ਐ ਲੁੱਟਦੇ ਵੀ ਐ ਡਰਾਉਂਦੇ ਵੀ ਐ ਪਰ ਰਾਜਪੁਰਾ ਦੇ ਲੋਕ ਇੱਕੀ ਵਾਰ ਇਹਨਾਂ ਦਾ ਬਿਸਤਰਾ ਗੋਲ ਕਰਕੇ ਇਹਨਾਂ ਨੂੰ ਪਰਮਾਨੈਂਟ ਪਟਿਆ ਜੀ ਤੁਸੀਂ ਨੋਟ ਦੀ ਗੱਲ ਕੀਤੀ ਹੈ ਨੋਟ ਕਿਵੇਂ ਇਕੱਠੇ ਕਰਦੇ ਆ ਬੇਈਮਾਨੀ ਅਸ਼ਰਾਬ ਦੀਆਂ ਫੈਕਟਰੀਆਂ ਇਹਨਾਂ ਦੀਆਂ ਜੂਏ ਸੱਟੇ ਦੇ ਅੱਡੇ ਇਹਨਾਂ ਦੇ ਜਿੰਨੇ ਨਕਲੀ ਕੰਮ ਜਾਲੀ ਕੰਮ ਰਾਜਪੁਰੇ ਵਿੱਚ ਹੁੰਦੇ ਆ ਸਾਰੇ ਹਰਦਿਆਲ ਕੰਬੋਜ ਦੀ ਸ਼ੈ ਨਾਲ ਹੁੰਦੇ ਆ ਸਾਰੇ ਤੋਂ ਹਿੱਸਾ ਲੈਂਦੇ ਨੇ ਇਸ ਕਰਕੇ ਹਰ ਰਾਜਪੁਰੇ ਸ਼ਹਿਰ ਤੇ ਜੋ ਬਦਨਾਮੀ ਦਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਨੂੰ ਕੀ ਲੱਗਦਾ ਕਿ ਇਸ ਵਾਰ ਆਮ ਆਦਮੀ ਪਾਰਟੀ ਜਿਹੜੀ ਆ ਉਹ ਪੂਰੇ ਪੰਜਾਬ ਦੇ ਵਿੱਚ ਕਿੰਨੀ ਕੀ ਸੀਟਾਂ ਤੇ ਜਿਹੜਾ ਹੈਗਾ ਉਹ ਆ ਸਕਦੀ ਹੈ ਦੂਜਾ ਸੁਪਰੀਮ ਕੋਰਟ ਦਾ ਇੱਕ ਫੈਸਲਾ ਆਇਆ ਪਿਛਲੇ ਦਿਨੀ ਤੁਸਾਂ ਦੇਖਿਆ ਸੀ ਕਿ ਮੁਫਤ ਦੇ ਵਿੱਚ ਜਿਹੜੇ ਪਰ ਕਿਹਾ ਜਾ ਰਿਹਾ ਕਿ ਅਸੀਂ ਇਹ ਚੀਜ਼ਾਂ ਮੁਫਤ ਦੇਵਾਂਗੇ ਉਸ ਨੂੰ ਲੈ ਕੇ ਉਹਨਾਂ ਪਾਰਟੀ ਦੇ ਜਿਹੜੇ ਚੋੜ ਨਿਸ਼ਾਨ ਜਿਹੜੇ ਹੈਗੇ ਉਹ ਰੱਦ ਕਰ ਦੇਣੇ ਚਾਹੀਦੇ ਹੈਗੇ ਆ ਉਹਨਾਂ ਦੇ ਚਰਚਮੇਸ਼ਨ ਵਾਪਸ ਲੈ ਲੈਣੇ ਚਾਹੀਦੇ ਆ ਤੁਸੀਂ ਕਿਵੇਂ ਦੇਖਦੇ ਉਹਨੂੰ ਲੈ ਕੇ ਦੇਖੋ ਜਿਹੜਾ ਕਿ ਆਪਾਂ ਕਹੀਏ ਰਾਜਪੁਰੇ ਚ ਲੋਕ ਸਾਥ ਦੇਣਗੇ ਜਾਂ ਸਰਕਾਰ ਨੂੰ ਕਿੰਨੀਆਂ ਸੀ ਟਾਨ ਗਿਆ ਇਹ ਤਾਂ ਫੈਸਲਾ ਜਨਤਾ ਜਨਾਰਦਨ ਨੇ ਕਰਨਾ ਹੈ ਪਰ ਮੈਂ ਤੁਹਾਨੂੰ ਇੰਨੀ ਗਰੰਟੀ ਦਿੰਦੀ ਆ ਕਿ ਐਕਟਿਵਾਰ ਪੰਜਾਬ ਵਿੱਚ ਦਿੱਲੀ ਵਾਲਾ ਇਤਿਹਾਸ ਰਚਿਆ ਜਾ ਰਿਹਾ ਹੈ ਦਿੱਲੀ ਵਾਲਾ ਇਤਿਹਾਸ ਪੰਜਾਬ ਵਿੱਚ ਰਚੂਗਾ ਤੇ ਪੂਰਾ ਝਾੜੂ ਫਿਰੂਗਾ ਐਦਾਂ ਦੀ ਕੋਈ ਵੀ ਗੱਲ ਨਹੀਂ ਕਿਉਂਕਿ ਲੋਕ ਦਿੱਲੀ ਦੇ ਕੰਮਾਂ ਨੂੰ ਦੇਖ ਕੇ ਬੜੇ ਖੁਸ਼ ਹੈ ਔਰ ਇੱਥੇ ਲੋਕ ਐਕਟਿਵਾਰ ਚਾਹੁੰਦੇ ਨੇ ਕਿ ਨਵੀਂ ਸਰਕਾਰ ਆਵੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਵੇ ਤੇ ਆਮ ਆਦਮੀ ਪਾਰਟੀ ਘਰ ਘਰ ਖੁਸ਼ੀਆਂ ਲੈ ਕੇ ਆਵੇ ਦਿੱਲੀ ਮਾਡਲ ਦੀ ਗੱਲ ਤੁਸੀਂ ਲਗਾਤਾਰ ਆਪਣੀ ਸਪੀਚਾਂ ਦੇ ਵਿੱਚ ਵੀ ਕਹਿੰਦੇ ਹੋ ਕਿ ਦਿੱਲੀ ਮਾਡਲ ਜਿਹੜਾ ਹੈਗਾ ਅਸੀਂ ਉਸ ਨੂੰ ਲੈ ਕੇ ਆਵਾਂਗੇ ਉਹ ਦੂਜੇ ਪਾਸੇ ਜੇਕਰ ਆਪਾਂ ਕਾਂਗਰਸ ਦੇ ਪ੍ਰਧਾਨ ਦੀ ਗੱਲ ਕਰੀਏ ਉਹਨਾਂ ਨੇ ਕਿਹਾ ਕਿ ਦਿੱਲੀ ਮਾਡਲ ਜਿਹੜਾ ਹੈ ਉਹ ਫੇਲ ਹੈ ਅਸੀਂ ਤਾਂ ਪੰਜਾਬ ਮਾਡਲ ਦੀ ਗੱਲ ਕਰਦੇ ਹੈਗੇ ਕਿਵੇਂ ਵਿਗਦੇ ਉਸ ਨੂੰ ਦੇਖੋ ਕਾਂਗਰਸ ਦੇ ਪ੍ਰਧਾਨ ਨੂੰ ਤਾਂ ਇਹ ਪੁੱਛੋ ਵੀ ਤੁਸੀਂ ਅੱਜ ਤੱਕ ਪੰਜਾਬ ਲਈ ਜਾਂ ਦਿੱਲੀ ਲਈ ਕੀਤਾ ਕੀ ਹੈ ਜੇ ਦਿੱਲੀ 'ਚ ਤੁਸੀਂ ਕੁਝ ਕੀਤਾ ਨਹੀਂ ਸੀ ਤਾਂ ਇਹ ਦਿੱਲੀ ਦੇ ਲੋਕਾਂ ਨੇ ਤੁਹਾਨੂੰ ਜ਼ੀਰੋ ਤੇ ਲਿਆਤਾ ਦਿੱਲੀ 'ਚ ਜ਼ੀਰੋ ਆਈ ਹੈ ਇੱਕ ਨੈਸ਼ਨਲ ਪਾਰਟੀ ਦਾ ਜ਼ੀਰੋ ਆਣਾ ਸ਼ਰਮ ਹੈ ਉਹਨਾਂ ਉਸ ਪਾਰਟੀ ਲਈ ਤੇ ਦਿੱਲੀ ਦੇ ਕੰਮ ਕਹਿੰਦੇ ਨਾ ਕੇਜਰੀਵਾਲ ਨੇ ਤਾਂ ਦਿੱਲੀ 'ਚ ਕੁਝ ਕੀਤਾ ਨਹੀਂ ਜੇ ਦਿੱਲੀ ਵਿੱਚ ਕੇਜਰੀਵਾਲ ਸਾਹਿਬ ਨੇ ਨਹੀਂ ਕੁਝ ਕੀਤਾ ਹੁੰਦਾ ਤਾਂ ਦਿੱਲੀ ਵਿੱਚ ਦੁਬਾਰਾ ਇਤਿਹਾਸਿਕ ਜਿੱਤ ਨਾ ਹੁੰਦੀ ਉਹ ਤਾਂ ਪਬਲਿਕ ਨੇ ਫੈਸਲਾ ਕਰਨਾ ਹੈ ਔਰ ਪਬਲਿਕ ਨੇ ਕਰਕੇ ਦੇ ਤਾਂ ਤੀਜੀ ਵਾਰ ਦਿੱਲੀ ਵਿੱਚ ਆਵਾ ਦੀ ਪਾਰਟੀ ਦੀ ਸਰਕਾਰ ਬਣੀ ਹੈ ਇਹਨਾਂ ਕੋਲੇ ਹੋਰ ਕੁਝ ਨਹੀਂ ਹੈ ਇਹ ਬੁਖਲਾਏ ਪਏ ਨੇ ਦਿੱਲੀ ਦੇ ਲੋਕ ਖੁਸ਼ ਨੇ ਕੰਮਾਂ ਤੋਂ ਤੇ ਪੰਜਾਬ ਦੇ ਲੋਕ ਜਿਨ੍ਹਾਂ ਦੀ ਅਟੈਚਮੈਂਟ ਦਿੱਲੀ ਨਾਲ ਹੈ ਜਾਂ ਸੋਸ਼ਲ ਮੀਡੀਆ ਤੇ ਦੇਖਦੇ ਆ ਤੇ ਇੱਕ ਵਾਰ ਪੰਜਾਬ ਦੇ ਲੋਕ ਵੀ ਖੁਸ਼ ਹੈ ਦਿੱਲੀ ਵਾਲਾ ਹਾਲ ਕਾਂਗਰਸ ਦਾ ਹੋਣਾ ਕਾਂਗਰਸ ਦਾ ਤਾਂ ਵੈਸੇ ਬੁਰਾ ਹਾਲ ਹੋ ਹੀ ਗਿਆ ਕਿਉਂਕਿ ਇਹਨਾਂ ਕੋਲੇ ਤਾਂ ਕੋਈ ਲੀਡਰ ਨਹੀਂ ਇਹ ਤਾਂ ਕੁਰਸੀ ਦੀ ਲੜਾਈ ਲੜ ਰਹੇ ਆ ਅੱਜ ਟਾਈਮ ਸੀ ਪੰਜਾਬ ਦੇ ਲੋਕਾਂ ਦੀ ਸਮੱਸਿਆਵਾਂ ਦੇ ਹੱਲ ਕੱਢਣ ਦੀ ਪਰ ਇਹ ਤਾਂ ਕਦੇ ਸਿੱਧੂ ਸਾਹਿਬ ਕਦੇ ਚੰਨੀ ਸਾਹਿਬ ਇਹ ਤਾਂ ਕੁਰਸੀ ਦੀਆਂ ਲੜਾਈਆਂ ਲੜ ਰਹੇ ਆ ਤੇ ਇੱਕ ਵਾਰ ਪੰਜਾਬ ਵਿੱਚ ਵੀ ਕਾਂਗਰਸ ਜ਼ੀਰੋ ਤੇ ਆਈ ਪੰਜਾਬ ਕਾਂਗਰਸ ਜਿਹੜੀ ਹੈਗੀ ਉਹ ਜ਼ੀਰੋ ਤੇ ਆਏਗੀ ਤੁਸੀਂ ਨਵਜੋਤ ਸਿੰਘ ਸਿੱਧੂ ਦੀ ਵੀ ਗੱਲ ਕੀਤੀ ਹੈ ਚਰਜ ਸਿੰਘ ਚੰਨੀ ਵੀ ਕਹਿੰਦੇ ਮੈਂ ਵੀ ਆਮ ਆਦਮੀ ਪਾਰਟੀ ਦਾ ਮੈਂ ਕਿ ਮੈਂ ਵੀ ਆਮ ਵਿਅਕਤੀ ਹੈਗਾ ਆ ਉਹ ਜਿਹੜੇ ਕੇਜਰੀਵਾਲ ਤੁਰਦੇ ਨੇ ਉਹ ਬਨੂ ਨਕਲ ਕਰਦੇ ਨੇ ਕਿਵੇਂ ਵਿਗਦੇ ਉਹਨਾਂ ਨੂੰ ਲੈ ਕੇ ਕੇਜਰੀਵਾਲ ਜੀ ਦੀ ਚੰਨੀ ਚੰਨੀ ਦੀ ਨਕਲ ਕਰਦੇ ਆ ਚੰਨੀ ਸਾਹਿਬ ਨੂੰ ਇਹ ਪੁੱਛੋ ਕੇਜਰੀਵਾਲ ਜੀ ਤੇ ਵੀ ਰੇਡ ਪਈਆਂ ਸੀ ਉਹਨੇ ਮਿਲਿਆ ਕਿ ਮਫਲਰ ਤੇ ਚੰਨੀ ਸਾਹਿਬ ਜਿਹੜੇ ਆਮ ਆਦਮੀ ਉਹਨਾਂ ਦੇ ਕੀ ਮਿਲ ਰਿਹਾ ਉਹਨਾਂ ਦੇ ਰਿਸ਼ਤੇਦਾਰਾਂ ਦੇ ਕਰੋੜਾ ਰੁਪਇਆ ਚੰਨੀ ਸਾਹਿਬ ਕੇਜਰੀਵਾਲ ਜੀ ਦੀ ਨਕਲ ਕਰਨਾ ਚਾਹੁੰਦੇ ਆ ਪਰ ਨਕਲ ਲਈ ਅਕਲ ਚਾਹੀਦੀ ਇੰਪਲੀਮੈਂਟ ਕਰਨ ਦੀ ਹਿੰਮਤ ਚਾਹੀਦੀ ਹੈ ਉਹਨਾਂ ਕੋਲ ਹਿੰਮਤ ਨਹੀਂ ਹੈ ਉਹ ਕਹਿੰਦੇ ਜੀ ਮੈਂ ਇੱਕ ਆਮ ਆਦਮੀ ਬਣ ਕੇ ਰਾਤ ਨੂੰ 1 ਵਜੇ ਨਾ ਕਿਸੇ ਦੇ ਪਿੰਡ ਚ ਰੋਟੀ ਖਾ ਕੇ ਆਇਆ ਉਹਨਾਂ ਨੂੰ ਇਹ ਪੁੱਛੋ ਵੀ ਪਿੰਡਾਂ ਵਾਲੇ 1 ਵਜੇ ਰੋਟੀ ਕਿਹੜੇ ਖਾਂਦੇ ਆ ਪਿੰਡਾਂ ਵਾਲੇ ਤਾਂ 7 ਵਜੇ ਰੋਟੀ ਖਾ ਕੇ ਸੌ ਜਾਂਦੇ ਨੇ ਉਹਨਾਂ ਨੂੰ ਅਕਲ ਨਹੀਂ ਹੈ ਹਲੇ ਤੱਕ ਇਹ ਕਿ ਅਸੀਂ ਆਮ ਆਦੀ ਬੰਨਣਾ ਚਾਹਨੇ ਆਮ ਆਦਮੀ ਹੁੰਦਾ ਕੀ ਹੈ ਚੰਨੀ ਸਾਹਿਬ ਪਹਿਲਾਂ ਸਿੱਖ ਲਓ ਕਿ ਆਮ ਆਦਮੀ ਹੁੰਦਾ ਕੀ ਹੈ ਪਿੰਡਾਂ ਵਾਲੇ ਰੋਟੀ ਕਿੰਨੇ ਵੇਲੇ ਖਾਂਦੇ ਆ ਕਦੇ ਕਹਿੰਦੇ ਜੀ ਮੈਂ ਧਾਰਾ ਕੱਢਦਾ ਕਦੇ ਕਹਿੰਦੇ ਮੈਂ ਟੋਕਾ ਚਲਾਉਣਾ ਕੇਜਰੀਵਾਲ ਨੂੰ ਇਹ ਨਹੀਂ ਆਂਦਾ ਕੇਜਰੀਵਾਲ ਜੀ ਨੂੰ ਇਹ ਆਉਂਦਾ ਕਿਵੇਂ ਐਜੂਕੇਸ਼ਨ ਸਿਸਟਮ ਨੂੰ ਉੱਚਾ ਕੀਤਾ ਜਾਂਦਾ ਹੈ ਕਿਵੇਂ ਹੈਲਥ ਸਿਸਟਮ ਨੂੰ ਉੱਚਾ ਕੀਤਾ ਜਾਂਦਾ ਹੈ ਕਿਵੇਂ ਬੱਚਿਆਂ ਨੂੰ ਰੋਜ਼ਗਾਰ ਦਿੱਤਾ ਜਾਂਦਾ ਹੈ ਕਿਵੇਂ ਆਮ ਇਨਸਾਨ ਨੂੰ ਖੁਸ਼ੀਆਂ ਦਿੱਤੀਆਂ ਜਾਂਦੀਆਂ ਕੇਜਰੀਵਾਲ ਜੀ ਨੂੰ ਉਹ ਆਉਂਦਾ ਮੈਂ ਤੁਹਾਡੀ ਨਿੱਜੀ ਜ਼ਿੰਦਗੀ ਦੀ ਗੱਲ ਕਰਦਾ ਇੱਕ ਵਾਰ ਫਿਰ ਤੁਹਾਡੇ ਨਾਲ ਤੁਹਾਡੇ ਤੁਹਾਡੇ ਘਰ ਵਾਲੇ ਵੀ ਜਿਹੜੇ ਹੈ ਉਹਰੇ ਹੈਗੇ ਨੇ ਅਜੇ ਮਿੱਤਲ ਜੀ ਪਹਿਲਾਂ ਤਾਂ ਜਗਮਾਡੀ ਤੁਹਾਡਾ ਸਵਾਗਤ ਹੈ ਨਸਕਾਰ ਜੀ ਸਵਾਗਤ ਕਿਵੇਂ ਲੱਗਦਾ ਕਿਉਂਕਿ ਦੇਖੋ ਅੱਜ ਤੋਂ ਪਰ ਸਸਰ ਪਹਿਲਾਂ ਦੀ ਗੱਲ ਕਰੀਏ ਤਾਂ ਉਹੀ ਹਾਊਸ ਵਾਈਫ ਵਾਲਾ ਕੰਮ ਕਰੋ ਸਿਰੇ ਉਠਣਾ ਖਾਣਾ ਬਣਾਣਾ ਇਹਨਾਂ ਵਾਸਤੇ ਇਹਨਾਂ ਨੇ ਆਫਿਸ ਚਲੇ ਜੜਾ ਅੱਜ ਬਿਲਕੁਲ ਉਲਟ ਹੋਊਗਾ ਅੱਜ ਮੈਨੂੰ ਲੱਗਦਾ ਕਿ ਸ਼ਾਇਦ ਖਾਣੇ ਵਾਸਤੇ ਵੀ ਇਹ ਠੰਦੇ ਹੋੜ ਕੇ ਪੈ ਨਹੀਂ ਨਾ ਤੂੰ ਵੀ ਉੱਠ ਜਾ ਤੁਸੀਂ ਖਾਣਾ ਨਹੀਂ ਦੇਖੋ ਮੈਂ ਇੱਕ ਹਾਊਸ ਵਾਈਫ ਸੀ ਬੱਚੇ ਸੀ ਘਰ 'ਚ ਛੋਟੇ ਬਜ਼ੁਰਗ ਸੀ ਉਹਨਾਂ ਦੀ ਸੇਵਾ ਕਰਦੀ ਸੀ ਬੱਚੇ ਸੰਭਾਲਦੀ ਸੀ ਪਰ ਮੈਨੂੰ ਮੇਰੀ ਫੈਮਿਲੀ ਵੱਲੋਂ ਬਹੁਤ ਸਪੋਰਟ ਮਿਲੀ ਇੱਕ ਹਸਬੰਦ ਹੀ ਹੁੰਦੇ ਆ ਜੋ ਇੱਕ ਵਾਈਫ ਨੂੰ ਅੱਗੇ ਕਰ ਸਕਦੇ ਆ ਜਾਂ ਵਾਈਫ ਨੂੰ ਪਿੱਛੇ ਖਿੱਚ ਸਕਦੇ ਆ ਤਾਂ ਇਹਨਾਂ ਨੇ ਮੈਨੂੰ ਮੋਟੀਵੇਟ ਕੀਤਾ ਮੈਂ ਸੋਸ਼ਲ ਕੰਮ ਕਰਦੀ ਸੀ ਸੋਸ਼ਲ ਕੰਮ ਵੀ ਜੇ ਮੈਂ ਪਰਿਵਾਰ ਚ ਟਾਈਮ ਕੱਢਦੀ ਸੀ ਤਾਂ ਇਹਨਾਂ ਦੇ ਸਾਰੇ ਨਾਲ ਹੀ ਕੱਢਦੀ ਸੀਗੀ ਤਾਂ ਸੋਸ਼ਲ ਕੰਮ ਤੋਂ ਜਦੋਂ ਮੈਂ ਅਰਵਿੰਦ ਕੇਜਰੀਵਾਲ ਜੀ ਦੀਆਂ ਅੱਛੀਆਂ ਗੱਲਾਂ ਸੁਨੀਆਂ ਤਾਂ ਮੈਂ ਫੈਮਿਲੀ 'ਚ ਹੀ ਗੱਲ ਕੀਤੀ ਕਿ ਮੈਂ ਚਾਹਨੀ ਆ ਕਿ ਮੈਂ ਵੀ ਇਹਨਾਂ ਨਾਲ ਲੱਗ ਕੇ ਸੋਸ਼ਲ ਕੰਮ ਕਰਾਂ ਇਹਨਾਂ ਦੀ ਮੈਨੂੰ ਪੂਰੀ ਸਪੋਰਟ ਮਿਲੀ ਅੱਜ ਵੀ ਫੁੱਲ ਸਪੋਰਟ ਮਿਲ ਰਹੀ ਹੈ ਅੱਜ ਮੈਨੂੰ ਇਹ ਨਹੀਂ ਕਿ ਮੈਂ ਘਰ ਇਗਨੋਰ ਕੀਤਾ ਮੈਂ ਫੈਮਿਲੀ ਵੀ ਪੂਰੀ ਦੇਖ ਰ ਆਪਣਾ ਪਰਿਵਾਰ ਪੂਰਾ ਦੇਖ ਲਈ ਆਪਣਾ ਰਾਜ ਪੂਰਾ ਹਲਕੇ ਦਾ ਪਰਿਵਾਰ ਪੂਰਾ ਦੇਖ ਰਹੀ ਆ ਵਾ ਇੱਕ ਔਰਤ ਕੀ ਨਹੀਂ ਕਰ ਸਕਦੀ ਜਦੋਂ ਬੱਚੇ ਨੂੰ ਜਨਮ ਦੇ ਸਕਦੀ ਹੈ ਬੱਚੇ ਪਾਲ ਸਕਦੀ ਹੈ ਪਰਿਵਾਰ ਨੂੰ ਪਾਲ ਸਕਦੀ ਹੈ ਜਦੋਂ ਘਰ ਦੀ ਹਰ ਮੁਸ਼ਕਿਲ ਉਹ ਚਲਦੀ ਹੈ ਤਾਂ ਰਾਜਨੀਤੀ ਜਿਹੜੀ ਸਾਡੀ 5 ਸਾਲਾਂ ਦਾ ਫੈਸਲਾ ਹੈ ਉਹ ਚੱਕੇ ਬਾਚੜ ਖਿੱਸਾ ਕਿਉਂ ਨਹੀਂ ਲੈ ਸਕਦੀ ਮੈਂ ਪੰਜਾਬ ਦੀਆਂ ਔਰਤਾਂ ਨੂੰ ਕਹੂੰਗੀ ਕਿ ਵੱਧ ਤੋਂ ਵੱਧ ਰਾਜਨੀਤੀ ਚਾਓ ਤਾਂ ਕਿ ਜਿਹੜੀਆਂ ਸਾਡੀਆਂ ਅਸੀਂ ਨਿੱਕੀਆਂ ਨਿੱਕੀਆਂ ਜ਼ਰੂਰਤਾਂ ਤੋਂ ਆਪਦਾ ਮਨ ਮਾਰਦੇ ਆ ਉਹ ਜ਼ਰੂਰਤਾਂ ਅਸੀਂ ਪੂਰੀਆਂ ਕਰ ਸਕੀਏ ਅਸੀਂ ਲੋਕਾਂ ਦੀ ਲੜਾਈ ਲੜ ਸਕੀਏ ਕੋ ਝਾਂਸੀ ਦੀ ਰਾਣੀ ਵੀ ਇੱਕ ਲੇਡੀ ਸੀ ਸਾਡੇ ਐਮਐਲਏ ਸਾਹਿਬ ਕਹਿੰਦੇ ਆ ਤਾਂ ਜਨਾਨੀ ਹੈ ਕੀ ਕਰ ਲੂਗੀ ਇਹਨਾਂ ਨੂੰ ਇਹ ਨਹੀਂ ਪਤਾ ਝਾਂਸੀ ਦੀ ਰਾਣੀ ਵੀ ਇੱਕ ਲੇਡੀ ਸੀ ਮਾਈ ਭਾਗੋ ਵੀ ਇੱਕ ਔਰਤ ਸੀਗੀ ਔਰਤਾਂ ਨਾਲ ਔਰਤ ਨੂੰ ਕਿਸੇ ਗੱਲ ਤੋਂ ਕਮਜ਼ੋਰ ਨਾ ਸਮਝੋ ਔਰਤ ਹਰ ਫੀਲਡ ਵਿੱਚ ਮਜ਼ਬੂਤ ਹੈ ਮਿੱਤਲ ਸਾਹਿਬ ਕਿਵੇਂ ਦੇਖਦੇ ਹੋ ਕਿਉਂਕਿ ਅ ਬਿਜ਼ਨਸਮੈਨ ਉਹ ਕਹਿੰਦੇ ਕਿ ਬਿਜ਼ਨਸਮੈਨ ਹਮੇਸ਼ਾ ਫਾਇਦੇ ਵਾਲੀ ਗੱਲ ਦੇਖਦਾ ਹੈ ਤੇ ਕਰ ਦੋ ਇਹ ਚੋਂ ਜਦੋਂ ਮਹਿਲਾ ਬਾਹਰ ਜਾ ਕੇ ਸੋਸ਼ਲ ਵਰਕ ਕਰਦੀ ਹੈਗੀ ਆ ਤਾਂ ਉਸ ਤੋਂ ਬਾਅਦ ਤੁਸੀਂ ਕਿਵੇਂ ਦੇਖਦੇ ਹੋ ਕਿਵੇਂ ਸਪੋਰਟ ਜਿਹੜੀ ਹੈਗੀ ਆ ਤੁਸੀਂ ਇਹਨਾਂ ਦੀ ਕਰ ਰਹੇ ਹੋ ਨਹੀਂ ਬਿਜ਼ਨਸਮੈਨ ਹੋਣ ਦਾ ਮਤਲਬ ਇਹ ਨਹੀਂ ਹੈ ਵੀ ਫਾਇਦਾ ਬਿਜ਼ਨਸਮੈਨ ਨੇ ਹੋਣਾ ਹੈ ਉਹ ਸੱਚਾ ਹੋਣਾ ਚਾਹੁੰਦਾ ਹੈ ਮਿਹਨਤੀ ਹੋਣਾ ਚਾਹੁੰਦਾ ਹੈ ਕਮਾਈ ਜ਼ਰੂਰ ਕਰਨੀ ਹੁੰਦੀ ਹੈ ਬੰਦੇ ਨੇ ਆਪਦੇ ਕਾਰੋਬਾਰ 'ਚ ਪਰ ਇਮਾਨਦਾਰੀ ਦੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਦਸੇ ਨੋਹਾਂ ਦੀ ਕਿਰਤ ਅਸੀਂ ਆਪਦੇ ਬਿਜ਼ਨਸ 'ਚ ਵੀ ਉਹ ਕਰਦੇ ਆ ਉਹਦੀ ਦਸੌਂ ਕੱਢਦੇ ਵੀ ਆ ਉਹ ਸਾਰੇ ਅਸੀਂ ਸੋਸ਼ਲ ਕੰਮਾਂ ਤੇ ਲਾਣੇ ਆ ਪਲੱਸ ਜਿਹੜੇ ਲੋਕਾਂ ਦੇ ਅੱਜਕੱਲ੍ਹ ਜ਼ੁਲਮ ਹੋ ਰਹੇ ਆ ਰਾਜਪੁਰੇ ਜੀ ਦੇਖੋ ਦੁਨੀਆ ਭਰ ਦੇ ਲੋਕਾਂ ਦੇ ਕੇਸ ਪਾ ਰੱਖੇ ਆ ਲੋਕਾਂ ਨੂੰ ਇਤਿਹਾਸਕਾਲ ਚ ਦਵਾਈ ਨਹੀਂ ਮਿਲਦੀ ਪੜ੍ਹਾਈ ਦਾ ਬੁਰਾ ਹਾਲ ਹੈ ਪਾਣੀ ਜਮਾ ਸੀਵਰੇਜ ਦਾ ਪਾਣੀ ਆਂਦਾ ਹੈ ਲੋਕ ਤਰਾਹੀ ਤਰਾਹੀ ਕਰੀ ਜਾਂਦੇ ਨੇ ਤੇ ਇਸ ਹਾਲਾਤਾਂ ਵਿੱਚ ਸਾਨੂੰ ਕਿਸੇ ਨੂੰ ਅੱਗੇ ਆਣਾ ਪਊਗਾ ਕਮਾਈ ਹੋਊਗੀ ਫਾਇਦਾ ਹੋਊਗਾ ਨੁਕਸਾਨ ਹੋਊਗਾ ਉਹ ਅੱਡ ਗੱਲਾਂ ਪਹਿਲਾਂ ਸਾਨੂੰ ਅਸੀਂ ਆਪ ਦੀ ਲੋਕਾਂ ਨੂੰ ਬਚਾਉਣਾ ਪਊਗਾ ਅਸੀਂ ਹਰ ਕੋਸ਼ਿਸ਼ ਹੈ ਵੀ ਇੱਥੇ ਬਦਲਾਅ ਲਿਆਈਏ ਆਮ ਆਦਮੀ ਪਾਰਟੀ ਦੀ ਸਰਕਾਰ ਆਵੇ ਕੇਜਰੀਵਾਲ ਜੀ ਦੀ ਗਾਈਡੈਂਸ ਤੇ ਅਸੀਂ ਲੋਕਾਂ ਦੇ ਭਲੇ ਕਰ ਸਕੀਏ ਲੋਕਾਂ ਦਾ ਜੀਵਨ ਸਦਰ ਉੱਚਾ ਚੱਕ ਸਕੀ ਪਰਿਵਾਰ ਕਿਸ ਤਰ੍ਹਾਂ ਹੈਲਪ ਕਰ ਰਿਹਾ ਹੈਗਾ ਤੁਸੀਂ ਵੀ ਮੈਂ ਦੇਖਿਆ ਕਿ ਵਕ ਵਕ ਮੀਟਿੰਗਾਂ ਨੂੰ ਜਿਹੜਾ ਹੈਗਾ ਸੰਬੋਧਨ ਕਰਦੇ ਹੋ ਬੇਟਾ ਵੀ ਹੈਗਾ ਉਹ ਵੀ ਮੀਟਿੰਗਾਂ ਨੂੰ ਸੰਬੋਧਨ ਕਰਦਾ ਹੈਗਾ ਨਹੀਂ ਪਰਿਵਾਰ ਸਾਰਾ ਨਾਲ ਹੈ ਜ ਸਭ ਨੂੰ ਸ਼ੌਂਕ ਚੜਿਆ ਹੋਇਆ ਬਹੁਤ ਖੁਸ਼ੀ ਲੱਗ ਰਹੀ ਹੈ ਵੀ ਅਸੀਂ ਲੋਕਾਂ ਦੀ ਸੇਵਾ 'ਚ ਲੱਗੇ ਆਂ ਔਰ ਇਸ ਜਿਹੜਾ ਇਲੈਕਸ਼ਨ ਦੇ ਦੌਰ 'ਚ ਲੋਕਾਂ ਨੂੰ ਮਿਲ ਕੇ ਸਾਨੂੰ ਲੋਕਾਂ ਤੋਂ ਉਤਸ਼ਾਹ ਮਿਲਦਾ ਹੈ ਵੀ ਤੁਸੀਂ ਬਹੁਤ ਅੱਛਾ ਕਰ ਰਹੇ ਹੋ ਤੁਸੀਂ ਹੋਰ ਕਰੋ ਅਸੀਂ ਤੁਹਾਡੇ ਨਾਲ ਆ ਤੇ ਸਾਨੂੰ ਹੋਰ એનર્ਜੀ ਮਿਲ ਜਾਂਦੀ ਹੈ ਤੇ ਇਸੇ ਕਰਕੇ ਅਸੀਂ ਜਿਆਦਾ ਭਜਨਸ ਕਰ ਰਹੇ ਆ ਬਹੁਤ ਅੱਛਾ ਲੱਗਦਾ ਹੈ ਆਖਰੀ ਸਵਾਲ ਨੀਨਾ ਮਿੱਤਲ ਨੂੰ ਵੋਟ ਕਿਉਂ ਪਾਈਏ ਨੀਨਾ ਮਿੱਤਲ ਇੱਕ ਆਮ ਘਰ ਦੀ ਲੇਡੀ ਹੈ ਅੱਜ ਤੱਕ ਰਾਜਪੁਰੇ ਦੀ ਆਵਾਜ਼ ਨੀਨਾ ਮਿੱਤਲ ਨੇ ਚੱਕੀ ਹੈ ਐਜ਼ ਅ ਵਿਰੋਧੀ ਧਿਰ ਹਰ ਲੜਾਈ ਹਰ ਮੁੱਦਾ ਮੈਂ ਲੜੀ ਹੈ ਬਸ ਮੈਂ ਪਬਲਿਕ ਨੂੰ ਇੱਕੋ ਹੀ ਗੱਲ ਕਹੂੰਗੀ ਕਿ ਐਨੇ ਸਾਲ ਹੋ ਗਏ ਅਸੀਂ ਦੋਨਾਂ ਪਾਰਟੀਆਂ ਤੇ ਵਿਸ਼ਵਾਸ ਕਿਤੇ ਐਕਤੀ ਵਾਰ ਪਹਿਲੀ ਵਾਰ ਤੁਹਾਡੀ ਇਸ ਧੀ ਨੂੰ ਤੁਹਾਡੀ ਇਸ ਭੈਣ ਨੂੰ ਮੌਕਾ ਮਿਲਿਆ ਮੈਂ ਤਾਂ ਹੱਥ ਜੋੜ ਕੇ ਇਹੀ ਬੇਨਤੀ ਕਰੂੰਗੀ ਕਿ ਇੱਕ ਮੌਕਾ ਦੇ ਦਿਓ ਬਾਰ-ਬਾਰ ਨਹੀਂ ਮੰਗਦੇ ਇੱਕ ਮੌਕਾ ਦੇ ਦਿਓ ਐਨੀ ਅਸੀਂ ਗਰੰਟੀ ਦਿੰਨੇ ਆਂ ਵੀ ਐਨੇ ਕੰਮ ਕਰਾਂਗੇ 5 ਸਾਲਾਂ ਬਾਅਦ ਅਸੀਂ ਤੁਹਾਡੇ ਤੋਂ ਵੋਟ ਮੰਗਣ ਨਹੀਂ ਆਵਾਂਗੇ ਤੁਸੀਂ ਆਪੇ ਵੋਟ ਪਾਉਂਗੇ ਵੀ ਕੰਮ ਕੀਤੇ ਆ ਤਾਂ ਇਹਨਾਂ ਨੇ ਕੀਤੇ ਆ ਬਹੁਤ ਬਹੁਤ ਧੰਨਵਾਦ ਅ ਇਸਨੂੰ ਹਲਕਾ ਰਾਜਪੁਰੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੀਨਾ ਮਿੱਤਲ ਜੀ ਜਿਨ੍ਹਾਂ ਨੇ ਕਿਹਾ ਕਿ ਇਸ ਵਾਰ ਘਟੋ ਘਟਾ ਤੁਸੀਂ ਸਾਨੂੰ ਇੱਕ ਮੌਕਾ ਜਿਹੜਾ ਹੈਗਾ ਉਹ ਜਰੂਰ ਦੇ ਦਿਓ ਤੇ ਅਗਲੇ 5 ਸਾਲ ਬਾਅਦ ਜਦੋਂ ਵੋਟਾਂ ਆਉਣਗੀਆਂ ਤਤੂਸੀ ਕੰਮ ਦੇ ਆਧਾਰ ਤੇ ਆਪਣੇ ਵੋਟ ਦਾ ਜਿਹੜਾ ਹੈਗਾ ਉਹ ਇਸਤੇਮਾਲ ਜ਼ਰੂਰ ਕਰਿਓ। ਰਾਜਪੁਰਾ ਤੋਂ ਕੈਮਰਾਮੈਨ ਬੋਨੀ ਦੇ ਨਾਲ ਇੰਦਰਜੀਤ ਬਖਸ਼ੀ ਜਗਮਾਨੀ ਜੀ ਦੇ ਲਈ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ। ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ। ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ। ਧੰਨਵਾਦ।